ਖਰੜ ਪੁਲਿਸ ਨੇ ਇੱਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਚਿੱਟੇ ਸਮੇਤ ਕਾਬੂ ਕਰ ਲਿਆ। ਨਸ਼ਾ ਸਮਗਲਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਚਿੱਟਾ ਵੇਚਣ ਦਾ ਜੁਰਮ ਵੀ ਕਬੂਲ ਕੀਤਾ। ਖਰੜ ਵਿੱਚ ਪੁਲਿਸ ਨੇ ਇੱਕ ਲੜਕੀ ਸਮੇਤ ਤਿੰਨ ਨਸ਼ਾ ਸਮਗਲਰਾਂ ਨੂੰ 34 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਇਹਨਾਂ ਤਸਕਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਚਿੱਟਾ ਵੇਚਣ ਦਾ ਦੋਸ਼ ਵੀ ਕਬੂਲ ਕੀਤਾ। ਥਾਣਾ ਸ਼ਹਿਰ ਦੇ ਪੁਲਿਸ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਸ ਅੱਡਾ ਖਰੜ ਕੋਲ ਇੱਕ ਲੜਕੀ ਅਤੇ ਵਿਅਕਤੀ ਨੂੰ ਪੈਦਲ ਆਉਂਦਿਆਂ ਦੇਖਿਆ ਤਾਂ ਉਹ ਘਬਰਾ ਗਏ। ਸ਼ੱਕ ਪੈਣ 'ਤੇ ਤਲਾਸ਼ੀ ਲਈ ਤਾਂ ਉਸ ਲੜਕੀ ਅਤੇ ਵਿਅਕਤੀ ਪਾਸੋਂ 14 ਗ੍ਰਾਮ ਚਿੱਟਾ ਬਰਾਮਦ ਕੀਤਾ। ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਖਰੜ ਨਾਕੇ 'ਤੇ ਇੱਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 20 ਗ੍ਰਾਮ ਚਿੱਟਾ ਮਿਲਿਆ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਉਹਨਾਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਦੋ ਪਰਚੇ ਦਿੱਤੇ ਨੇ FI 186 ਅਤੇ 87 ਜਿਹੜੀਆਂ ਸਾਡੀ 2 FIR ਨੇ। ਇਹਦੇ 'ਚ ਅਸੀਂ ਇੱਕ ਸੰਦੀਪ ਕੁਮਾਰ ਅਤੇ ਅਮਿਤ ਸ਼ਾਹ ਫੜੇ ਨੇ ਜਿਹਨਾਂ ਕੋਲ 14 ਗ੍ਰਾਮ ਹਿਰਨ ਬਰਾਮਦ ਹੋਈ ਹੈ। ਇੱਕ ਆਸ਼ੀਸ਼ ਡੋਗਰਾ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਹੈ, 20 ਗ੍ਰਾਮ ਹਿਰਨ ਬਰਾਮਦ ਕੀਤੀ ਹੈ। ਇਹ ਦੋਨੋਂ ਹੀ ਪਾਸ ਆਊਟ ਨੇ CU ਯੂਨੀਵਰਸਿਟੀ ਦੇ, ਅਤੇ ਇਹ ਹੈ ਵੀ ਇਹ ਆਪ ਵੀ ਨਸ਼ਾ ਕਰਦੇ ਨੇ ਔਰ ਅੱਗੇ ਵੀ ਜਿਹੜਾ ਨਸ਼ਾ ਹੈ ਸਟੂਡੈਂਟਸ ਨੂੰ ਥੋੜ੍ਹਾ ਮੋਟਾ ਸਪਲਾਈ ਕਰੀ ਜਾਂਦਾ ਸੀ। ਅੱਗੇ ਬਾਕੀ ਤਫਤੀਸ਼ ਸਾਡੀ ਚੱਲ ਰਹੀ ਹੈ, ਜਿਹੜਾ ਅੱਗੇ ਕਿਹਦੇ ਕੋਲੋਂ ਮੇਨ ਬੰਦੇ ਦੋਸ਼ੀ ਤੋਂ ਲੈ ਕੇ ਆ ਰਹੇ ਨੇ, ਕੱਟ ਕੇ ਆ ਰਹੇ ਨੇ, ਉਹਨਾਂ ਤੱਕ ਵੀ ਅਸੀਂ ਜਿਹੜਾ ਹੈਗਾ ਉਹਨੂੰ ਫਾਈਂਡ ਆਊਟ ਕਰਾਂਗੇ। ਸਰ ਪਤਾ ਲੱਗੇ ਜੀ ਕਿੰਨੇ ਕੁ ਦਿਨਾਂ ਤੋਂ ਇਹ ਨਸ਼ੇ ਦਾ ਧੰਦਾ ਜਿਹੜਾ ਹੈ ਸਟੂਡੈਂਟਾਂ ਨੂੰ ਸਪਲਾਈ ਕਰਨੇ ਦਾ ਕਰ ਰਹੇ ਨੇ? ਇਹ ਸਟੂਡੈਂਟ ਹਰ ਵਾਲੇ ਤਾਂ ਹਜੇ ਗੱਲ ਜਿਹੜੀ ਹੈਗੀ ਸਾਡੇ ਕੋਲ ਜਿਹੜਾ ਇਹ ਮਤਲਬ ਆਪ ਵੀ ਡਰੱਗੀ ਨੇ ਔਰ ਤਕਰੀਬਨ ਜਿਹੜੇ ਹੈ ਦੋ ਸਾਲ ਦੇ ਜਿਹੜੇ ਦੋ ਸਾਲ ਦੇ ਕੰਟੀਨਿਊ ਜਿਹੜਾ ਹੈਗਾ 3 ਸਾਲਾਂ ਦੇ ਡਰੱਗ ਜਿਹੜਾ ਡਰੱਗ ਪੀ ਰਹੇ ਨੇ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ।